10 ਦਿਨ ਚੱਲੇ ਐਨਸੀਸੀ ਟ੍ਰੇਨਿੰਗ ਕੈਂਪ ਤੋਂ ਬਾਅਦ ਰਾਧਾ ਵਾਟਿਕਾ ਸਕੂਲ ਅਤੇ ਬੱਚਿਆਂ ਨੇ ਕੱਢਿਆ ਰੋਡ ਸ਼ੋਅ। ਰੁੱਖ ਲਗਾਓ ਵਾਤਾਵਰਨ ਬਚਾਓ ਦੇ ਸਲੋਗਨ ਹੇਠ ਲੋਕਾਂ ਨੂੰ ਕੀਤਾ ਜਾਗਰੂਕ। ਖੰਨਾ ਦੇ ਰਾਧਾ ਵਾਟਿਕਾ ਸਕੂਲ ਵਿੱਚ ਪਿਛਲੇ 10 ਦਿਨਾਂ ਤੋਂ ਪੰਜਾਬ ਭਰ ਦੇ ਅਲੱਗ ਅਲੱਗ ਸਕੂਲਾਂ ਤੋਂ ਆਏ ਬੱਚਿਆਂ ਵੱਲੋਂ ਐਨਸੀਸੀ ਕੈਂਪ ਵਿੱਚ ਭਾਗ ਲਿਆ ਗਿਆ, ਜਿਸ ਵਿੱਚ 19 ਪੰਜਾਬ ਬਟਾਲੀਅਨ ਦੇ CEO ਕਰਨਲ ਪ੍ਰਵੀਨ ਧੀਮਾਨ ਅਤੇ ਉਹਨਾਂ ਦੀ ਟੀਮ ਵੱਲੋਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਗਈ। ਉੱਥੇ ਹੀ ਰਾਧਾ ਵਾਟਿਕਾ ਸਕੂਲ ਦੇ ਡਾਇਰੈਕਟਰ ਕੁਲਭੂਸ਼ਣ ਸੋਫਤ ਅਤੇ ਪ੍ਰਿੰਸੀਪਲ ਸਟਾਫ ਵੱਲੋਂ ਬੱਚਿਆਂ ਦੀ ਪੂਰੀ ਦੇਖਭਾਲ ਕੀਤੀ ਗਈ। ਖੰਨਾ ਤੋਂ ਰਾਜਕੁਮਾਰ ਮੈਨਰੋ ਦੀ ਵਿਸ਼ੇਸ਼ ਰਿਪੋਰਟ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਵੈਲਕਮ ਕਰ ਰਹੀ ਹਾਂ। ਰਾਧਾ ਵਾਟਿਕਾ ਸਕੂਲ ਨੇ ਇੱਕ ਬਹੁਤ ਅੱਛਾ ਉਪਰਾਲਾ ਕਰਿਆ ਕਿ ਕਿੰਨੀਆਂ ਜ਼ਿਆਦਾ ਬਟਾਲੀਅਨਸ ਜਿਹੜੀਆਂ ਪੰਜਾਬ ਦੀਆਂ ਹੈਗੇ, 19 ਪੰਜਾਬ, 3 ਪੰਜਾਬ, 6 ਪੰਜਾਬ, ਇਹ ਸਾਰੀਆਂ ਬਟਾਲੀਅਨਸ ਦੇ ਬੱਚਿਆਂ ਨੂੰ ਅਲੱਗ ਅਲੱਗ ਜਗ੍ਹਾ ਤੋਂ, ਅਲੱਗ ਅਲੱਗ ਸ਼ਹਿਰਾਂ ਤੋਂ ਬੜੀ ਦੂਰ ਦੂਰ ਤੋਂ ਬੱਚੇ ਇੱਥੇ ਆਏ ਹੈ ਔਰ ਇਹਨਾਂ ਨੇ ਕੈਂਪ ਲਗਾਇਆ। ਅਰੇਂਜਮੈਂਟਸ ਬਹੁਤ ਅੱਛੇ ਰਹੇ ਹੈ ਔਰ ਇਹਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਜ਼ਬਰਦਸਤ ਐਂਥੂਸੀਆਜ਼ਮ ਵੀ ਜਨਰੇਟ ਹੁੰਦਾ, ਬੱਚੇ ਬਹੁਤ ਮੋਟੀਵੇਟ ਹੁੰਦੇ ਆ ਔਰ ਆਰਮੀ ਦੇ ਅਲੱਗ ਅਲੱਗ ਫੀਲਡਸ ਦੇ ਵਿੱਚ ਜਾਣ ਦੇ ਲਈ ਵੀ ਬਹੁਤ ਤਰ੍ਹਾਂ ਦੇ ਸਾਡੇ ਕਮਾਂਡਿੰਗ ਆਫਿਸਰਸ ਨੇ ਬਹੁਤ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਹੈ ਔਰ ਇਹਨਾਂ ਦੇ ਵਿੱਚੋਂ ਕਾਫੀ ਬੱਚਿਆਂ ਦੀ ਅੱਗੇ ਥਲ ਸੈਨਾ ਕੈਂਪ ਦੇ ਲਈ ਵੀ ਸਿਲੈਕਸ਼ਨ ਹੋਈ ਹੈ ਔਰ ਮੈਂ ਸਮਝਦੀ ਹਾਂ ਕਿ ਇਹ ਸ਼ਹਿਰ ਦੇ ਲਈ ਇੱਕ ਬਹੁਤ ਵੱਡੀ ਗੱਲ ਹੈ ਕਿ ਇੰਨਾ ਅੱਛਾ ਕੈਂਪ ਇੱਥੇ ਇਹਨਾਂ ਨੇ ਆਰਗੇਨਾਈਜ਼ ਕਰਵਾਇਆ। ਇਹ ਸ਼ਹਿਰ ਦੇ ਵਿੱਚ ਇਹ ਰੈਲੀ ਜਿਹੜੀ ਕਰੀ ਜਾ ਰਹੀ ਹੈ, ਇਹਦਾ ਮੇਨ ਪਰਪਸ ਇਹੀ ਹੈ ਕਿ ਅਸੀਂ ਆਪਣੇ ਆਵਾਮ ਨੂੰ, ਆਪਣੇ ਲੋਕਾਂ ਨੂੰ ਇਸ ਚੀਜ਼ ਦੇ ਲਈ ਜਾਗਰੂਕ ਕਰੀਏ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਮੋਟੀਵੇਟ ਹੋ ਕੇ, ਯੂਥ ਸਪੈਸ਼ਲੀ ਮੋਟੀਵੇਟ ਹੋ ਕੇ ਐਨਸੀਸੀ ਵੱਲ ਮੂਵ ਹੋਏ ਤਾਂ ਜੋ ਦੇਸ਼ ਦੀ, ਆਪਣੇ ਸਮਾਜ ਦੀ ਸੇਵਾ ਕਰ ਸਕਣ ਔਰ ਆਪਣੇ ਜਿਹੜਾ ਬਹੁਤ ਜਿਹੜੀ ਬੜੀ ਕੁਰੀਤੀ ਹੈਗੀ ਹੈ ਨਸ਼ਿਆਂ ਦੀ, ਉਸ ਤੋਂ ਦੂਰ ਰਹਿ ਸਕਣ। ਥੈਂਕ ਯੂ। ਪਹਿਲੇ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਰੈਲੀ ਨੂੰ ਅੱਜ ਕਵਰ ਕਰ ਰਹੇ ਹੋ। ਮੈਂ ਅਨੁਪਮਾ ਸ਼ਰਮਾ, ਰਾਧਾ ਵਾਟਿਕਾ ਸਕੂਲ ਦੀ ਪ੍ਰਿੰਸੀਪਲ, ਅੱਜ ਇਹ ਕਹਿਣਾ ਚਾਹੁੰਦੀ ਹਾਂ ਕਿ ਰਾਧਾ ਵਾਟਿਕਾ ਸਕੂਲ 'ਚ ਪਿਛਲੇ 5 ਸਾਲਾਂ ਤੋਂ ਜਿਹੜੀ NCC ਚੱਲ ਰਹੀ ਸੀ ਔਰ ਅੱਜ ਇਸ ਮੰਥ 'ਚ 19 ਤਰੀਕ ਤੋਂ 28 ਤਰੀਕ ਤੱਕ ਜਿਹੜਾ NCC ਕੈਡਿਟਸ ਦਾ 19 ਬਟਾਲੀਅਨ ਦਾ ਕੈਂਪ ਚੱਲ ਰਿਹਾ ਸੀਗਾ, ਉਹਦੇ 'ਚ ਰਾਧਾ ਵਾਟਿਕਾ ਸਕੂਲ ਦੇ NCC ਕੈਡਿਟਸ ਔਰ ਬਾਕੀ ਹੋਰ ਸਕੂਲਾਂ ਦੇ, ਕਾਲਜਾਂ ਦੇ NCC ਕੈਡਿਟਸ ਨੇ ਅੱਜ ਕੈਂਪ ਦੇ ਲਾਸਟ ਦਿਨ ਸ਼ਹਿਰ 'ਚ ਜਿਹੜੀ ਇਹ ਰੈਲੀ ਕੱਢੀ ਹੈ। ਇਸ ਰੈਲੀ ਦਾ ਮਕਸਦ ਇਹ ਹੈ ਕਿ ਆਪਾਂ ਸ਼ਹਿਰ ਨਿਵਾਸੀਆਂ ਨੂੰ ਇਸ ਗੱਲ ਤੋਂ ਅਵੇਅਰ ਕਰਵਾ ਸਕੀਏ ਕਿ ਪੰਜਾਬ 'ਚ ਜਿਹੜੇ ਨਸ਼ੇ ਚੱਲ ਰਹੇ ਨੇ ਜਾਂ ਪੰਜਾਬ 'ਚ ਜਿਹੜੀਆਂ ਹੋਰ ਵੀ ਕੁਰੀਤੀਆਂ ਨੇ। ਅੱਜ ਕੱਲ੍ਹ ਅਸੀਂ ਸਾਰੇ ਕਹਿੰਦੇ ਹਾਂ ਕਿ ਜੀ ਬਹੁਤ ਗਰਮੀ ਹੋ ਗਈ ਹੈ, ਤਾਂ ਇਹ ਇੱਕ ਸੰਦੇਸ਼ ਹੈ ਸਾਨੂੰ ਸਾਰਿਆਂ ਨੂੰ ਕਿ ਸਾਰੇ ਜਿਹੜੇ ਨੇ ਘੱਟੋ ਘੱਟ ਬਹੁਤ ਜ਼ਿਆਦਾ ਆਪਾਂ ਵਰਿਕਸ਼ ਲਗਾਈਏ, ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਈਏ। ਇਸ ਕੈਂਪਸ, ਇਸ ਕੈਂਪ ਦੇ ਥਰੂ
ਅਸੀਂ ਜੇ ਜਨਤਾ ਨੂੰ ਅਵੇਅਰ ਕਰਵਾ ਸਕਦੇ ਹਾਂ ਔਰ ਕੁਛ ਲੋਕ ਵੀ ਸਾਡੀ ਇਸ ਗੱਲ ਨੂੰ ਜੇ ਸਮਝ ਜਾਂਦੇ ਨੇ ਔਰ ਮੇਰੀ ਪੇਰੈਂਟਸ ਤੋਂ ਇੱਕ ਰਿਕੁਐਸਟ ਹੈ ਕਿ ਉਹ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਸ ਕੰਮ ਵੱਲ ਅਵੇਅਰ ਕਰਨ ਤਾਂ ਕਿ ਉਹ ਸਮਾਜ ਦੀ ਤੇ ਦੇਸ਼ ਦੀ ਸੇਵਾ ਕਰ ਸਕਣ। ਥੈਂਕ ਯੂ। ਨਾਮ ਮੇਰਾ ਸਾਹਿਬ ਪਿਊਸ਼ ਪਾਂਡੇ। ਮੈਂ ਸਾਹਿਬ ਲੋਕੋਂ ਸੇ। ਅੱਛਾ, 10 ਦਿਨ ਕਾ ਕੈਂਪ ਲਗਾਇਆ, ਕੈਸਾ ਲਗਾ? 10 ਦਿਨ ਕੇ ਕੈਂਪ ਮੇ ਸਾਹਿਬ ਬਹੁਤ ਮਜ਼ਾ ਆਇਆ। ਇੱਕ ਰਾਧਾ ਵਾਟਿਕਾ ਸਕੂਲ ਕੇ ਜੋ ਰੂਮਸ ਥੇ ਉਹ ਬਹੁਤ ਅੱਛੇ ਥੇ, ਬਹੁਤ ਹਵਾਦਾਰ ਥੇ, ਨਹਾਨੇ ਧੋਨੇ ਕੀ ਪੂਰੀ ਅੱਛੀ ਫੈਸਿਲਿਟੀ ਥੀ। ਰਾਧਾ ਵਾਟਿਕਾ ਨੇ ਇਸ ਚੀਜ਼ ਮੇ ਬਹੁਤ ਅੱਛਾ ਸਪੋਰਟ ਦਿਆ ਸਾਹਿਬ। ਔਰ 10 ਦਿਨ ਕੇ ਕੈਂਪ ਮੇ ਹਮਕੋ ਵੈਪਨ ਟ੍ਰੇਨਿੰਗ ਔਰ ਮੈਪ ਰੀਡਿੰਗ ਇਨ ਸਭ ਕੇ ਬਾਰੇ ਮੇ ਵੀ ਸਭ ਕੁਛ ਬਹੁਤ ਸਿਖਾਇਆ ਗਿਆ। ਯਹਾਂ ਪੇ ਫਾਇਰ ਬ੍ਰਿਗੇਡ ਵਾਲੇ ਵੀ ਆਏ ਥੇ, NDRF ਕੀ ਟੀਮ ਵੀ ਆਈ ਥੀ, ਜਿਨ ਸੇ ਹਮਕੋ ਬਹੁਤ ਕੁਛ ਸਿੱਖਨੇ ਕੋ ਮਿਲਾ ਸਾਹਿਬ। ਔਰ ਇਸ 10 ਦਿਨ ਕੇ ਕੈਂਪ ਕੋ ਮੈਂ ਤਾਂ ਚਾਹਤਾ ਥਾ ਕਿ ਔਰ ਵੱਧ ਜਾਏ, ਪਰ ਅਬ ਇਤਨੇ ਦਿਨ ਕਾ ਹੀ ਹੈ, ਪਰ ਬਹੁਤ ਮਜ਼ਾ ਆਇਆ ਸਭ ਕੈਂਪ ਮੇ, ਬਹੁਤ ਕੁਛ ਸਿੱਖਨੇ ਕੋ ਮਿਲਾ। ਔਰ ਮੈਂ ਕਹਤਾ ਹੂੰ ਸਭੀ ਲੋਕ ਕੋ ਯੇ ਕੈਂਪ ਲਗਾਨਾ ਚਾਹੀਏ ਸਾਹਿਬ। ਸਭ ਸੇ ਅੱਛਾ ਕਿਆ ਲਗਾ ਇਸ ਤੱਕ? ਇਸ 10 ਦਿਨ ਮੇ ਸਭ ਸੇ ਅੱਛਾ ਤੋ ਇੱਕ ਤੋ ਮੇਰੇ ਰੂਮ ਕੀ ਫੈਸਿਲਿਟੀ ਸਾਹਿਬ, ਬਹੁਤ ਅੱਛੇ ਠੰਡੇ ਰੂਮ ਥੇ ਔਰ ਮੈਸ ਕਾ ਖਾਣਾ ਸਾਹਿਬ ਬਹੁਤ ਅੱਛਾ ਥਾ। ਆਪਸ ਮੇ ਭਾਈਚਾਰਾ ਕੈਸਾ ਰਹਾ? ਆਪਸ ਮੇ ਭਾਈਚਾਰਾ ਸਾਹਿਬ ਬਹੁਤ ਅੱਛਾ, ਸਭ ਜੋ ਕੈਡਟਸ ਥੇ ਉਹ ਸਭ ਮਿਲਨਸਾਰ ਔਰ ਫਰੈਂਡਸ ਥੇ, ਬਹੁਤ ਅੱਛੇ ਫਰੈਂਡਸ ਥੇ ਮੇਰੇ ਸਾਹਿਬ। ਜੋ ਟ੍ਰੇਨਿੰਗ ਦੇ ਰਹੇ ਥੇ ਉਸ ਲੋਗੋ ਕੈਸੇ ਥੇ? ਵੋ ਸਭ ਵੀ ਬਹੁਤ ਅੱਛੇ ਨੇਚਰ ਕੇ ਸਾਹਿਬ, ਟ੍ਰੇਨਿੰਗ ਕੇ ਟਾਈਮ ਪੇ ਟ੍ਰੇਨਿੰਗ ਔਰ ਸਭ ਬਾਅਦ ਮੇ ਦੋਸਤੋ ਕੀ ਤਰ੍ਹਾਂ ਸਾਹਿਬ। ਕਿਆ ਨਾਮ ਆ? ਮੇਰਾ ਨਾਮ ਛਵੀ ਸਿੰਘ ਹੈ। ਛਵੀ, ਇਹ 10 ਦਿਨ ਕਾ ਕੈਂਪ ਲਗਾ ਰਾਧਾ ਵਾਟਿਕਾ ਮੇ, ਕਹਾਂ ਸੇ ਆਏ ਥੇ ਆਪ ਔਰ ਕੈਸਾ ਲਗਾ ਕੈਂਪ ਕੇ? ਮੈਂ ਰਿਸ਼ਟੀ ਪਬਲਿਕ ਸਕੂਲ ਨਾਰੰਗਵਾਲ ਲੁਧਿਆਣਾ ਸੇ ਆਈ ਹਾਂ। ਮੇਰਾ ਪਹਿਲਾ ਕੈਂਪ ਸੀ ਇਹ, ਮੈਨੂੰ ਕਾਫੀ ਵਧੀਆ ਲੱਗਿਆ, ਮੇਰਾ ਬਹੁਤ ਵਧੀਆ ਐਕਸਪੀਰੀਅੰਸ ਸੀ। ਮੈਨੂੰ ਰਫ ਟਫ ਸਿਚੁਏਸ਼ਨਸ 'ਚ ਹੈਂਡਲਿੰਗ ਕਰਨਾ ਇਸ ਕੈਂਪ ਨੇ ਸਿਖਾਇਆ, ਡੈਡੀਕੇਸ਼ਨ ਪੈਦਾ ਕੀਤੀ, ਆਪਣੇ ਆਪ ਨੂੰ ਸੈਲਫ ਇੰਡੀਪੈਂਡੈਂਟ ਬਣਾਉਣਾ ਸਿਖਾਇਆ। ਕਿਵੇਂ ਜਿਹੜਾ ਹੈ ਜਿਹੜੇ ਨਾਲ ਆਏ ਤੁਹਾਡੇ ਕੋਚ ਸੀ ਜਾਂ ਮਿਲਟਰੀ ਤੋਂ ਬੰਦੇ ਆਏ ਸੀ, ਉਹਨਾਂ ਨਾਲ ਕਿਹਦਾ ਰਿਹਾ? ਬਹੁਤ ਹੀ ਕੇਅਰਿੰਗ ਅਤੇ ਪੂਰਾ ਵਧੀਆ, ਸਾਨੂੰ ਫੈਸਿਲਿਟੀਜ਼ ਮਿਲੀਆਂ, ਸਾਨੂੰ ਪੂਰੇ ਇੰਜੋਏ ਵੀ ਕਰਾਉਂਦੇ ਰਹੇ ਨੇ ਉਹ, ਤੇ ਕਾਫੀ ਸਾਨੂੰ ਸਪੋਰਟ ਵੀ ਕਰਦੇ ਨੇ। ਸਕੂਲ ਦਾ ਮੂਜਰ ਕਿਹਦਾ? ਹਾਂਜੀ ਸਰ, ਥੋੜਾ ਮਤਲਬ ਕੈਂਪ ਲੱਗਿਆ ਕਿਹਦਾ ਰਿਹਾ? ਸਕੂਲ ਕਾਫੀ ਵਧੀਆ ਸੀ, ਉੱਥੇ ਸਾਨੂੰ ਨੇਚਰ ਨਾਲ, ਅਸੀਂ ਸ਼ਾਮ ਨੂੰ ਉੱਥੇ ਜਾਂਦੇ ਹੁੰਦੇ ਸੀ, ਉੱਥੇ ਨਾਲ ਜੁੜਦੇ ਹੁੰਦੇ ਸੀ ਐਂਡ ਗੇਮਸ ਵੀ ਬਹੁਤ ਵਗੈਰਾ ਹੁੰਦੀਆਂ ਸੀ, ਤੇ ਅਸੀਂ ਬਹੁਤ ਇੰਜੋਏ ਕੀਤਾ।